ਔਰ ਇਸ ਵਕਤ ਮੇਰੇ ਨਾਲ ਨਾ ਇੱਕ ਬਾਲੀਵੁੱਡ ਤੇ ਇੱਕ ਪੰਜਾਬੀ ਇੰਡਸਟਰੀ ਦੇ ਦੋ ਸਟਰੋਂਗ ਕੈਰੈਕਟਰ ਆਰਟਿਸਟ ਨੇ ਜਿਨ੍ਹਾਂ ਦੇ ਨਾਲ ਮੈਂ ਕਹਿ ਸਕਦਾ ਕਿ ਫਿਲਮਾਂ ਪੂਰੀਆਂ ਹੁੰਦੀਆਂ ਨੇ ਤੇ ਇਹਨਾਂ ਬਿਨਾਂ ਦੋਹਾਂ ਬਿਨਾਂ ਫਿਲਮਾਂ ਜਿਹੜੀਆਂ ਨੇ ਅਧੂਰੀਆਂ ਹੋ ਸਕਦੀਆਂ ਤੁਸੀਂ ਬਾਲੀਵੁੱਡ ਦੇ ਵਿੱਚ ਬਹੁਤ ਕੰਮ ਕੀਤਾ ਤੁਸੀਂ ਪੰਜਾਬੀ ਇੰਡਸਟਰੀ 'ਚ ਪੂਰਾ ਕੰਮ ਕੀਤਾ ਵੈਲਕਮ ਟੂ ਏਬੀਪੀ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ ਡਰ ਦੇ ਸੈੱਟ ਦੇ ਉੱਤੇ ਮੌਜੂਦ ਆ ਮੁਕੇਸ਼ ਜੀ ਤੁਹਾਡਾ ਆਗਮਨ ਹੋ ਰਿਹਾ ਹੈ ਨਾ ਪੰਜਾਬੀ ਫਿਲਮਾਂ ਦੇ ਲਾਈਕ ਫੁੱਲ ਫ੍ਰੈਸ਼ ਤੁਸੀਂ ਹੁਣ ਪੰਜਾਬੀ ਫਿਲਮ ਲੈ ਕੇ ਆ ਰਹੇ ਹੋ ਤੇ ਸੋਰੀ ਸਰ ਤਿਆਰ ਹੋ ਇਹਨਾਂ ਦੇ ਨਾਲ ਹੁਣ ਜੀ ਬਿਲਕੁਲ ਬਿਲਕੁਲ ਮੈਂ ਸੈਕੰਡ ਫਿਲਮ ਕਰ ਰਿਹਾ ਇਹਨਾਂ ਨਾਲ ਹਾਂਜੀ ਹਾਂਜੀ ਪਹਿਲਾਂ ਵੀ ਕੀਤੀ ਅਸੀਂ ਦੋਨਾਂ ਨੇ ਬੜਾ ਮਜ਼ਾ ਆਇਆ ਕਰਨ ਦਾ ਔਰ ਇਹਦੇ ਵਿੱਚ ਵੀ ਬਹੁਤ ਇੰਟਰਸਟਿੰਗ ਕੈਰੈਕਟਰ ਹੈਗਾ ਇਹਨਾਂ ਦਾ ਔਰ ਉੱਪਰੋਂ ਸੋਰੀ ਸਾਹਿਬ ਜਬ ਕਰ ਰਹੇ ਨੇ ਤੇ ਸੋਨੇ ਦਾ ਸਵਾਗਾ ਸੋ ਵੀ ਆਰ ਸੋ ਹੈਪੀ ਟੂ ਸੋਰੀ ਸਾਹਿਬ ਸਾਡੇ ਨਾਲ ਕੰਮ ਕਰ ਰਹੇ ਨੇ ਮਜ਼ਾ ਆ ਗਿਆ ਅੱਜ ਵੈਸੇ ਜਿਮ ਦਾ ਸ਼ਾਟ ਚੱਲ ਰਿਹਾ ਸੀ ਮੈਂ ਦੇਖ ਰਿਹਾ ਸੀ ਕਿ ਫਿਟਨੈਸ ਅੱਜ ਕੱਲ੍ਹ ਕਿੰਨਾ ਏਜ ਲੋਕਾਂ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਹੋ ਗਈ ਹੈ ਤੇ ਇਹਦੇ ਵਿੱਚ ਤੁਸੀਂ ਵੈਸੇ ਓਵਰਆਲ ਕਿੰਨਾ ਕੁ ਧਿਆਨ ਦਿੰਦੇ ਹੋ ਫਿਟਨੈਸ ਵੱਲ ਆ ਦੇਖੋ ਕੋਸ਼ਿਸ਼ ਕਰੀ ਦੀ ਹੈ ਵਾਕ ਵਗੈਰਾ ਕਰ ਲਈ ਦੀ ਹੈ ਪਰ ਇਹਨਾਂ ਜਿਹਾ ਜਿਮ ਤਾਂ ਨਹੀਂ ਲੱਗ ਸਕਦਾ ਲੇਕਿਨ ਵੈਸੇ ਓਵਰਆਲ ਮੇਰੇ ਏਜ ਗਰੁੱਪ ਦੇ ਵਿੱਚ ਆਪਣੀ ਝੰਡੀ ਹੈ ਲਾਈਕ ਤੁਸੀਂ ਬਾਲੀਵੁੱਡ ਦੇ ਵਿੱਚ ਬਹੁਤ ਕੰਮ ਕੀਤਾ ਰਾਈਟ ਵੱਡੀਆਂ ਵੱਡੀਆਂ ਫਿਲਮਾਂ ਸਾਰੇ ਏ ਲਿਸਟਰਸ ਦੇ ਨਾਲ ਤੁਸੀਂ ਕੰਮ ਕੀਤਾ ਤਾਂ ਕਿਵੇਂ ਡਿਸੀਜਨ ਬਣਿਆ ਕਿ ਹੁਣ ਫਾਈਨਲੀ ਮੈਂ ਲੈ ਕੇ ਆਵਾਂ ਇੱਕ ਪੰਜਾਬੀ ਫਿਲਮ ਐਕਚੁਅਲੀ ਦੋਸਤਾਂ 'ਚ ਸਾਰੇ 'ਚ ਅਸੀਂ ਬੈਠੇ ਦੇ ਸੀ ਹਮੇਸ਼ਾ ਗੱਲ ਹੁੰਦੀ ਸੀ ਤਾਂ ਬੇਟੇ ਲਈ ਕੁਛ ਕਰਨਾ ਵੀ ਸੀ ਤਾਂ ਬਹੁਤ ਸਾਰੇ ਦੋਸਤ ਲੋਕ ਪੰਜਾਬੀ 'ਚ ਕਹਿੰਦੇ ਵੀ ਸੀ ਕਿ ਤੂੰ ਬਹੁਤ ਪੰਜਾਬੀ 'ਚ ਘੱਟ ਕੰਮ ਕਰਦਾ ਕੀ ਵਜ੍ਹਾ ਹੈ ਤੇਰੀ ਇਹ ਤਾਂ ਮੈਨੂੰ ਲੱਗਾ ਕਿ ਕਿਉਂ ਨਾ ਐਸਾ ਕੰਮ ਕੀਤਾ ਜਾਏ ਕਿ ਮੁੰਡੇ ਲਾਂਚ ਕੀਤਾ ਜਾਏ ਇੱਥੋਂ ਔਰ ਫਿਰ ਅਸੀਂ ਕਹਾਣੀ ਜਿਸ ਤਰ੍ਹਾਂ ਦੀ ਬਣਾ ਰਹੇ ਸੀ ਮੈਨੂੰ ਲੱਗਾ ਜਿਹੜੇ ਆਪਣੇ ਸਾਥੀ ਹੈਗੇ ਰਤਨ ਔਲਖ ਸਾਹਿਬ ਆਪਣਾ ਮਨਦੀਪ ਅਤੇ ਸਾਨੂੰ ਅਸੀਂ ਡਿਸੀਜਨ ਲਿਆ ਕਿ ਇਹਨੂੰ ਪੰਜਾਬੀ 'ਚ ਬਣਾਉਂਦੇ ਹਾਂ ਔਰ ਰਾਘਵ ਨੂੰ ਇਹਦੇ 'ਚ ਲਾਂਚ ਕਰਦੇ ਹਾਂ ਤਾਂ ਕਹਾਣੀ ਪਹਿਲਾਂ ਬਣੀ ਹੈ ਆਫਕੋਰਸ ਰਾਘਵ ਸਾਡੇ ਦਿਮਾਗ ਵਿੱਚ ਸੀ ਕਿਉਂਕਿ ਉਹਦੀ ਪਰਸਨੈਲਿਟੀ ਦੇ ਹਿਸਾਬ ਨਾਲ ਅਸੀਂ ਕੁਛ ਅੱਛਾ ਬੁਣਨਾ ਸੀ ਅਤੇ ਉੱਥੋਂ ਇਹ ਸਾਰੀ ਸ਼ੁਰੂਆਤ ਹੋਈ ਔਰ ਮੈਨੂੰ ਬਹੁਤ ਬਹੁਤ ਮੈਂ ਬਹੁਤ ਐਕਸਾਈਟਿਡ ਹਾਂ ਇਸ ਗੱਲ ਨੂੰ ਲੈ ਕੇ ਕਿ ਮੈਂ ਇਹ ਕਰ ਪਾ ਰਿਹਾ ਕਿਉਂਕਿ ਆਪਣੀ ਮਾਂ ਬੋਲੀ ਲਈ ਕੁਛ ਕਰ ਸਕੋ ਸਿੱਖ ਕੇ ਬਾਹਰੋਂ ਕੁਛ ਆਪਣੇ ਲਈ ਵਾਪਸ ਕੁਛ ਕਰ ਸਕੋ ਤਾਂ ਬੜੀ ਖੁਸ਼ੀ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਕਿ ਮੈਂ ਬੇਟੇ ਨੂੰ ਇਸ ਤਰ੍ਹਾਂ ਲਾਂਚ ਇੱਥੇ ਕਰ ਪਾ ਰਿਹਾ ਸੋਹੀ ਸਾਹਿਬ ਵੀ ਇੱਥੇ ਤੁਸੀਂ ਬੇਟੇ ਨਾਲ ਮਿਲਵਾ ਤਾ ਦੋ ਸਾਨੂੰ ਹਾਂ ਬਿਲਕੁਲ 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 ਓ ਬੇਟਾ ਇਧਰ ਆ ਰਾਘਵ ਰਿਸ਼ੀ ਜੀ ਜੀ ਸੋ ਰਾਘਵ ਤੁਹਾਡੀ ਪਹਿਲੀ ਫਿਲਮ ਹੈ ਨਾ ਉਹ ਵੀ ਪਾਪਾ ਦੇ ਨਾਲ ਪੂਰੀ ਕੋਲੈਬੋਰੇਸ਼ਨ ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ ਹੈ ਨਾ ਤਾਂ ਲਾਈਕ ਜ਼ਿਆਦਾ ਪ੍ਰੈਸ਼ਰ ਫੀਲ ਕਰਦੇ ਹੋ ਕਿ ਯਾਰ ਹਾਂ ਪਾਪਾ ਲਾਂਚ ਕਰ ਰਹੇ ਨੇ ਤਾਂ ਹੁਣ ਕੁਝ ਵਧੀਆ ਕਰਨਾ ਪਏਗਾ ਨਹੀਂ ਬਿਲਕੁਲ ਨਹੀਂ ਮੇਰੀ ਸਾਰੀ ਪ੍ਰੈਕਟਿਸ ਪਾਪਾ ਨਾਲ ਹੀ ਹੋਈ ਹੈ ਤਾਂ ਮੇਰੇ ਲਈ ਕਾਫੀ ਕੰਫਰਟੇਬਲ ਹੈ ਤੇ ਵੈਸੇ ਇੱਕ ਗੱਲ ਲੈਣਾ ਚਾਹੁੰਦਾ ਸੀਗਾ ਕਿ ਇਸ ਦੇ ਵਿੱਚ ਤੁਸੀਂ ਇੱਕ ਨੈਗੇਟਿਵ ਫਾਦਰ ਹੋਣ ਵਾਲੇ ਹੋ ਕਿ ਪੋਜ਼ਿਟਿਵ ਫਾਦਰ ਹੋਣ ਵਾਲੇ ਕਿਉਂਕਿ ਸ਼ਾਰਟ ਦੇ ਵਿੱਚ ਤੁਸੀਂ ਬਹੁਤ ਪੈਸੇ ਦੇ ਰਹੇ ਸੀ ਬੇਟੇ ਨੂੰ ਇਹ ਨੈਗੇਟਿਵ ਹੀ ਹੈਗਾ ਪੋਜ਼ਿਟਿਵ ਨਹੀਂ ਅਸੀਂ ਜਿਸ ਤਰ੍ਹਾਂ ਦੀ ਕਹਾਣੀ ਬੁਣੀ ਹੈ ਅਸੀਂ ਉਹਦੇ 'ਚ ਰਿਸ਼ਤੇ ਸਾਡੇ ਬਹੁਤ ਮਜ਼ਬੂਤ ਕਰਨ ਦੀ ਕੋਸ਼ਿਸ਼ ਅਸੀਂ ਕੀਤੀ ਕਹਾਣੀ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਦੇ ਉੱਤੇ ਟਾਈਮ ਨਹੀਂ ਲੋਕਾਂ ਕੋਲ ਹੈਗਾ ਆਪਣੇ ਘਰ ਵੀ ਫੈਮਿਲੀ ਕੋਲ ਟਾਈਮ ਨਹੀਂ ਹੈਗਾ ਤਾਂ ਮੈਂ ਕੁਛ ਇਸ ਤਰ੍ਹਾਂ ਵੀ ਜੋ ਸਾਨੂੰ ਅੱਛੀ ਚੀਜ਼ਾਂ ਅਸੀਂ ਸੋਚ ਕੇ ਪਾ ਸਕਦੇ ਸੀ ਜਿਹੜੀਆਂ ਕਹਾਣੀ ਦੇ ਨਾਲ ਚੱਲਣ ਉਹ ਇੱਕ ਬੌਂਡਿੰਗ ਅਸੀਂ ਇਸ ਪੂਰੀ ਫੈਮਿਲੀ ਦੀ ਦਿਖਾਈਏ ਔਰ ਇਸ ਕਦਰ ਦਿਖਾਈ ਕਿ ਸੋਹੀ ਸਾਹਿਬ ਸਾਡੇ ਛੋਟਿਆਂ ਤੋਂ ਸਾਡੇ ਨਾਲ ਘਰ ਦੇ ਵਿੱਚ ਰਹਿ ਰਹੇ ਨੇ ਔਰ ਅਸੀਂ ਸਾਰਾ ਪਰਿਵਾਰ ਇਹਨਾਂ ਨੂੰ ਚਾਚਾ ਕਰਕੇ ਬੁਲਾਉਂਦੇ ਹਾਂ ਛੋਟਾ ਵੱਡਾ ਕੋਈ ਵੀ ਹੋਏ ਈਵਨ ਬੇਬੇ ਸਾਡੀ ਵੀ ਚਾਚਾ ਹੀ ਬੁਲਾਉਂਦੀ ਹੈ ਤਾਂ ਇਸ ਤਰ੍ਹਾਂ ਦੇ ਇੱਕ ਰਿਸ਼ਤਿਆਂ ਨੂੰ ਅਸੀਂ ਇੱਕ ਮਜ਼ਬੂਤੀ ਦੇਣ ਦੀ ਸਾਡੀ ਇੱਕ ਕਹਾਣੀ ਦੇ ਵਿੱਚ ਕੋਸ਼ਿਸ਼ ਹੈ ਉਹਦੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਐਕਸਰਸਾਈਜ਼ ਨੂੰ ਵੀ ਅਸੀਂ ਇੱਕ ਥੋੜ੍ਹਾ ਜਿਹਾ ਅਪਲਿਫਟ ਕਰ ਸਕਦੇ ਹਾਂ ਕਿ ਸਾਰੇ ਮਿਲ ਕੇ ਵੀ ਐਕਸਰਸਾਈਜ਼ ਕਰ ਸਕਦੇ ਨੇ ਇਹ ਕਰਦਾ ਇਸ ਤਰ੍ਹਾਂ ਦਾ ਮਾਹੌਲ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਅੱਜ ਦੀ ਜ਼ਰੂਰਤ ਵੀ ਹੈ ਬਿਲਕੁਲ ਸੋਰੀ ਸਰ ਮੈਂ ਹੁਣ ਤੁਹਾਨੂੰ ਚਾਚਾ ਜੀ ਕਹੂੰਗਾ ਹੈ ਨਾ ਤੇ ਚਾਚਾ ਜੀ ਬੋਲੋ 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 ਭਤੀਜ ਬੋਲੋ ਤੇ ਚਾਚਾ ਜੀ ਫਾਈਨਲੀ ਇੱਕ ਗੱਲ ਦੇਖੀ ਆਪਾਂ ਕਿ ਹੁਣ ਜਿਵੇਂ ਬਾਲੀਵੁੱਡ ਤੋਂ ਮੇਕਰਸ ਆ ਰਹੇ ਨੇ ਹੁਣ ਉਹ ਵੀ ਇੰਟਰਸਟ ਲੈਣ ਲੱਗੇ ਨੇ ਪੰਜਾਬੀ ਸਿਨੇਮਾ ਵੱਲ ਤੁਹਾਨੂੰ ਕੀ ਲੱਗਦਾ ਕਿ ਦਿਸ ਇਜ਼ ਅ ਗੁੱਡ ਟਾਈਮ ਕਿ ਹਾਂ ਫਾਈਨਲੀ ਸਾਰੇ ਦੇਖ ਰਹੇ ਕਿ ਹੁਣ ਪੰਜਾਬੀ ਸਿਨੇਮਾ ਦੇ ਵਿੱਚ ਵੀ ਕੁਝ ਨਵਾਂ ਲੈ ਕੇ ਆਇਆ ਜਾਏ ਤੇ ਨਵੇਂ ਚਿਹਰੇ ਲਾਂਚ ਪੰਜਾਬੀ ਸਿਨੇਮਾ ਦਾ ਪੂਰਾ ਬੂਮ ਹੈ ਬਹੁਤ ਵੱਡੀਆਂ ਪੋਜ਼ਿਟਿਵ ਗੱਲਾਂ ਬਾਤਾਂ ਸਾਰੀਆਂ ਹੋ ਰਹੀਆਂ ਨੇ ਇੰਡਸਟਰੀ 'ਚ ਔਰ ਹੁਣ ਕੋਈ ਖਤਰਾ ਨਹੀਂ ਜਦੋਂ ਦੇਖੋ ਸਾਡੇ ਵਰਗੇ ਤਾਂ ਕਰੀ ਜਾਂਦੇ ਸੀ ਇੱਥੇ ਕੱਪ ਖਿੱਚਾ ਤੋਂ ਜੀ ਜਦੋਂ ਇਹ ਆ ਦੇਖੋ ਹੁਣ ਇੱਥੇ ਕੋਈ ਡਰ ਲੱਗਦਾ ਡਰ ਲੱਗੂਗਾ ਇੰਡਸਟਰੀ ਸਵਾਲ ਹੀ ਨਹੀਂ ਪੈਦਾ ਹੁੰਦਾ ਮਜ਼ਬੂਤ ਕਿਸੇ ਵੀ ਚੀਜ਼ ਵਾਸਤੇ ਨਾ ਇੱਕ ਸਰਕਲ ਚਾਹੀਦਾ ਹੁੰਦਾ ਉਹ ਸਰਕਲ ਬਣ ਚੁੱਕਿਆ ਉਸ ਸਰਕਲ ਦੇ ਵਿੱਚ ਕੀ ਹੋਇਆ ਕਿ ਬੜੇ ਸਟਾਰ ਇਸ ਵਕਤ ਪੰਜਾਬੀ ਇੰਡਸਟਰੀ ਸਟਾਰ ਬਣ ਚੁੱਕੇ ਨੇ ਸਟਾਰਾਂ ਨੂੰ ਦੇਖ ਕੇ ਬਹੁਤ ਸੇ ਲੋਕ ਜਿਹੜੇ ਨੇ ਆਪ ਸੁਪਨੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਫਿਰ ਇੱਕ ਅੱਛੀ ਖਾਸੀ ਇੰਡਸਟਰੀ ਜਦ ਖੜੀ ਹੁੰਦੀ ਹੈ ਤਾਂ ਬਹੁਤ ਸਾਰੇ ਟੈਕਨੀਸ਼ੀਅਨਸ ਜੁੜਦੇ ਨੇ ਉਹਦੇ ਨਾਲ ਬਹੁਤ ਸਾਰੇ ਐਕਟਰ ਫੈਮਿਲੀ ਦੇ ਮੈਂਬਰ ਜਿਹੜੇ ਨੇ ਉਹਨਾਂ ਦਾ ਦਿਲ ਕਰਦਾ ਸੀ ਫਿਲਮਾਂ ਚਾਹੀਏ ਤਾਂ ਕਾਫੀ ਸਾਰੀ ਟ੍ਰੇਨਿੰਗ ਆਟੋਮੈਟਿਕ ਹੋ ਜਾਂਦੀ ਹੈ ਜਦ ਪਰਿਵਾਰ ਦੇ ਲੋਕ ਵੀ ਇਨਵਾਲਵ ਹੋਣਾ ਸ਼ੁਰੂ ਹੁੰਦੇ ਨੇ ਤਾਂ
किसी भी इंडस्ट्री लिए स्टेज पर आना बहुत जरूरी है और आज की डेट पंजाबी इंडस्ट्री से आ चुकी है कि आसपास के लोग भी इनकरेज हो रहे हैं देख के एक दूसरे को, सिंगर बहुत इनकरेज कर रहे हैं, खुद एक्टर भी बन रहे हैं, तो मुझे लगता है बहुत बहुत प्लस पॉइंट है इंडस्ट्री की। गल कितने एग्जैक्टली मेरे दिमाग के कि साड़ी इंडस्ट्री में कितने कितने सिंगर्स लीड करते हैं उसको कोई अगर नज़रअंदाज नहीं कर सकता। ऐसे भी जब तुम बेटे लेके आए थोड़े दिमाग के कि कुछ हाँ मैं कुछ सिंगर्स भी इनकलूड किया बट तुम बहुत लाइक मैं कह सकता कि बहुत रिस्क नाल खेड रहे हो है ना कितना कितना। मेरे दिमाग रिस्क तो आया ही नहीं। अच्छा। मेरे दिमाग च आया कि मेहनत के नाल एक चीज़ बनानी है और उस चीज़ के बीच असी सारे फिट होने चाहिए ने, मेरा बेटा भी, सोही साहब भी और मैं भी, ये साड़ी यही प्रायोरिटी सी। मैंनू बिल्कुल रिस्क का नहीं पता है, मैनू ये चीज़ मैं ना ही सोची है ना ही थानू कहाँगा कि मैं सोचा कि ते सिंगर नहीं आएगा तो किस तरह एक्टर बन सकता, मैं नहीं बिलीव करता। जिहड़ी चीज़ थोड़े को अवेलेबल हो रही है उसका पूरा फायदा उठाओ। अगर सिंगर्स अच्छे जिन्हें ऑलरेडी जगह बनी दी है दिलों बैठे देने अगर वो एक्टर बनते हैं तो कोई माड़ी गल नहीं उस है तो लोग उन्होंने फॉलो करेंगे तो ये कोई खास फर्क नहीं पैदा है। ठीक है एक एक टाइम आता है जो सारे इस सिंगर ज़्यादा इनकरेज हो रहे हैं कि शायद साढ़े ज़्यादा चांस ने बट साइमेंटेनियसली बहुत से एक्टर अपने आप को प्रिपेयर कर रहे हैं मौके का जिस दिन मौका मिलेगा वो प्रूव करेंगे अपने आप। सो मैं कोई रिस्क वाली गल नहीं नजर आती मन कुछ कि क्योंकि जिमें यही सेम चीज़ की यार यार हाँ सिंगर जैसे इंडस्ट्री में लीड करते हैं तो इतने एंटर होना कितना कितने मुश्किल होएगा। नहीं पर क्योंकि जब असी प्रोडक्ट बनाने ले बैठे तो प्रोडक्ट इतना स्ट्रांग निकला कि ऐसा कभी थॉट में आया ही नहीं कि कोई सिंगर होना ज़रूरी है या सिंगर से कम्पीट करने वाले। हम यहाँ पे अच्छी फिल्म बनाने के लिए है एंड एक अच्छी फिल्म अच्छी स्टोरी और मेहनत की हर जगह कदर की जाती है। लगता है कि ये की लेके आ रहे हैं डिफरेंट नवे चेहरे है नो डाउट मुकेश जी तो मैं कहना चंगी पंजाबी बोल रहे हैं। मैं ये जानना पहले चाहूँगा कि इतना टाइम क्यों लगाता है इन्होंने फिल्म ब्रांड्स आ गए ना हूँ देर आए दुरुस्त आए आए ने बड़ी तैयारी बड़ी मेहनत न बड़े थॉट लैके आए हैं और इन्हों मैं पहली फिल्म भी की आ कर रहे हैं पता लग रहा है कि फिल्म प्रति बहुत सीरीयस ने मेच्योरिटी इतने दिमाग जी होंगी है वो बराबर दोनों बाप के पुत दे बराबर दी है और टैक्नीशियन जोड़े वो सारे बहुत अच्छे नाल जुड़े हुए हैं इस करके मैं मैनू बहुत वड्डी उम्मीद है कि बहुत सोहनी फिल्म लैके आएंगे और जी पंजाबीयत है वह झंडा बुलंद होगा। अच्छा अगर मैं राइट नाउ गल करा तो एक छोटी जी दिक्कत हूँ शुरू हुई होगी कोरोना की उदो लैके थोड़े काम से कि इफेक्ट पिया है। नहीं देखो इफेक्ट नहीं असं अलर्ट जरूर हाँ असी बराबर इस चीज़ का ख्याल रखना है कि सारे कह दिता था कि हर थोड़ी देर के बाद जाके अपने हाथ साफ करो खाने तो पहले तुम हाथ धो साबन ना उसके बाद तो जगह जगह असा रखे सारी सुविधा दी है हर डिपार्टमेंट को दे दिता है उस हाथ साफ करने वास्ते कि हर वक्त जी सरकार थोड़ा ख्याल नहीं रख सकती सरकार वॉर्न कर रही है उसका ख्याल रखना साड़ी ड्यूटी है मेरा फर्ज है इस चीज़ का सरकार बेचारी मेरे को थोड़ी एक एक बंद को किस तरह जाएगी तो हर जिस तरह भी है ना हर लोगों को इस तरह ही करना चाहिए कि अपना ख्याल खुद रखो और थोड़े से इनिशिएटिव ले जाने हूँ जिन्हें इनिशिएटिव इतने पॉसिबल हो सकते हैं असं लै रहे हैं असा यह भी कह कि असं ज़्यादातर शूटिंग खुले एरिए कर रहे हैं तो सारे कट्ठे होकर बहन की लड़ नहीं है थोड़े दूर दूर होकर बैठो और सारे ग्रुप ना बैठो अलग अलग बैठो वे कोई मजबूरी है ही नहीं है कि तुम एक जगह ही बैठना तो ये जो प्रीकाशन जो सिंपल प्रीकाशन सू समझ आए हैं असी और मेरे ख्याल यूनिट सारी फॉलो कर रही है। सॉरी सर अपने पंजाबी सिनेमा बहुत वाला नुकसान होया जब हूँ सिनेमा बंद हुए है ना क्योंकि कोरोना लैके अपनी फिल्म थोड़ी इको मिकेज में शुरुआत के बड़ा चंगा रिस्पोंस मिलना शुरू होया सी नेक्स्ट डे के सिनेमा बंद हुए तो की किवें देख रहे हो भाजी। ये मैं कि देखना देखो जट हाँ जट जी फसल बीज है ना छे महीने हर बंदे दी कोई भी प्रोडक्ट है वो कवर्ड रहिंदी है जट की फसल कवर नहीं रहती कदे भी गड़ेमार हो सकती है कदे भी चक्कड़ झुल सकते हैं कदे भी फसलों का नुकसान हो सकता है तो वो वास्ते बड़े बड़े जगरे होंगे जटा के परवाह नहीं करते तो पंजाबी आप सारे ने जगरे इदा दें तो इस करके फिल्म वेले भी इदा ही होंगे फिल्म है फिल्म बड़े रिझा नाल बड़े चा नाल बड़े डेडिकेशन नाल फिल्म बनाई जाए ने पर अचानक कुदरतन कुछ ऐसा हो जाए किसी का बस नहीं उपर वाले खेडा ने बीमारियां बमूरियां भेजनिया ये तो इंटरनेशनली कोई गेम कही जाता कोई कुछ कही जाता लेकिन फाइनली है तो जरा जान माल दो नुकसान है वो बारे आप कुछ नहीं कर सकते बस प्रीकॉशन लै सकते हैं सिनेमा खुलन गए तो फिल्म उस वे भी बहुत प्यार खुलेंगे लेकिन लाजमी हार्ट सब तो फर्स्ट थिंग सब के वास्ते है कि प्रीकॉशन लो अपना अपना ख्याल रखो
ਕਰੋ ਔਰ ਕੁਝ ਹੋ ਜਾਂਦਾ ਸੀ ਵੈਸੇ ਵੀ ਡਾਕਟਰਾਂ ਕੋਲ ਜਾਂਦੇ ਆ ਆਪਣੇ ਡਾਕਟਰ ਨੂੰ ਚੈੱਕ ਕਰਾਓ ਕਰਵਾ ਲਓ ਇਸ ਵਾਰ ਡਾਕਟਰ ਵੀ ਅਵੇਅਰ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਕਿਸ ਕਿਸਮ ਦੇ ਲੋਕ ਫਸਟ ਥਿੰਗ ਇਹ ਖਾਂਸੀ ਹੋਈ ਤਾਂ ਸੋਚ ਕੇ ਆਣਗੇ ਤਾਂ ਇਸ ਕਰਕੇ ਚਲੇ ਜਾਓ ਦਿਖਾ ਦਿਓ ਜਲਦੀ ਦਿਖਾ ਦਿਓ ਜਲਦੀ ਉਹਦਾ ਨਿਪਟਾਰਾ ਕਰੋ ਇਸ ਗੱਲ ਦਾ ਕਿ ਡਾਕਟਰ ਕੋਲ ਚਲੇ ਜਾਓ ਮੈਨੂੰ ਲੱਗਦਾ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਤੁਸੀਂ ਨਿਡਰ ਲੈ ਕੇ ਮੈਂ ਕਹਿੰਦਾ ਪੂਰੀ ਤਰ੍ਹਾਂ ਤਿਆਰ ਹੋ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜਦ ਇਹ ਫਿਲਮ ਸਕਰੀਨਸ ਤੇ ਹਿੱਟ ਕਰੇ ਦਰਸ਼ਕਾਂ ਨੂੰ ਪਿਆਰ ਦੇਣ ਤੇ ਮੈਂ ਕਹਿੰਦਾ ਤੁਹਾਨੂੰ ਉਨਾ ਹੀ ਪਿਆਰ ਮਿਲੇ ਜਿੰਨਾ ਤੁਹਾਨੂੰ ਬਾਲੀਵੁੱਡ ਦੇ ਵਿੱਚ ਮਿਲਦਾ ਥੈਂਕ ਯੂ ਬ੍ਰਦਰ ਸੋ ਮਚ ਤੇ ਏਬੀਪੀ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸੈੱਟ ਤੇ ਆਏ ਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਲ ਦਾ ਬੈਸਟ ਥੈਂਕ ਯੂ ਵੈਰੀ ਫਿਲਹਾਲ ਏਸੀਜੀ ਫਿਲਮ ਨਜ਼ਰ ਦੀ ਟੀਮ ਜਿਨ੍ਹਾਂ ਨੂੰ ਹੁਣ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਦੇਖੋਗੇ ਇਸ ਫਿਲਮ ਦੀ ਹੁਣ ਮੇਕਿੰਗ ਚੱਲ ਰਹੀ ਹੈ ਉਸ ਦੇ ਨਜ਼ਾਰਾ ਤੁਸੀਂ ਆਪਣੇ ਟੀਵੀ ਸਕਰੀਨ ਤੇ ਜ਼ਰੂਰ ਵੇਖ ਸਕਦੇ ਹੋ ਕੈਮਰਾਮੈਨ ਸੰਦੀਪ ਦੇ ਨਾਲ ਭਵਨੀਤ ਕੌਸ਼ਲ ਏਬੀਪੀ ਸਾਂਝਾ ਚੰਡੀਗੜ੍ਹ ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ